ਸਿੱਖ ਪੰਥ ਦੀਆਂ ਆਸ਼ਾਵਾਂ ਦੇ ਨਾਲ ਜੁੜਿਆ ਹੈ। ਬਹੁਤ ਸਾਰੇ ਸ਼ਰਧਾਲੂ ਜਿਹੜੇ ਵੀ ਉੱਥੇ ਜਾਣਾ ਚਾਹੁੰਦੇ ਹੋਣਗੇ, ਮੈਂ ਸਮਝਦਾ ਉਹਨਾਂ ਨੂੰ ਸਾਰਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਪਲਾਜ਼ਾ ਜਿਹੜਾ ਸਰਕਾਰ ਦੇ ਅੰਡਰ ਆਉਂਦਾ, ਉਹਨਾਂ ਨੇ ਇਹ ਫੈਸਲਾ ਕੀਤਾ। ਕੋਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਜਿੱਥੇ ਕਈ ਸਥਾਨਾਂ ਤੇ ਆਰਜ਼ੀ ਤੌਰ ਤੇ ਪਾਬੰਦੀ ਲਗਾਈ ਜਾ ਰਹੀ ਹੈ, ਉੱਥੇ ਇਸ ਵਿੱਚ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰਨ ਦੇ ਫੈਸਲੇ ਨੂੰ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਜਿੱਥੇ ਹੁਣ ਕੋਰੀਡੋਰ ਬੰਦ ਕੀਤੇ ਜਾਣ ਤੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਈ ਲੋਂਗੋਵਾਲ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਹੈ। ਹੋਰ ਕੀ ਕਿਹਾ ਉਹਨਾਂ ਨੇ, ਆਓ ਸੁਣ ਲੈਂਦੇ ਹਾਂ। ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ, ਜਿਨ੍ਹਾਂ ਦੀਆਂ ਸਿੱਖ ਪੰਥ ਵਿੱਚ ਬਹੁਤ ਵੱਡੀਆਂ ਸਭਾਵਾਂ ਸੀ, ਔਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਹੋਰ ਬਹੁਤ ਵੱਡੀਆਂ ਸਿੱਖ ਪੰਥ ਵਿੱਚ ਉਹਨਾਂ ਨੇ ਲੰਮਾ ਸਮਾਂ ਜਿਹੜੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਤਸਵੀਰ ਲਾਈ ਗਈ ਹੈ। ਕਿਉਂਕਿ ਇੱਥੇ ਸਿੱਖ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਨੇ, ਜਿਨ੍ਹਾਂ ਨੇ ਸਿੱਖ ਪੰਥ ਲਈ ਵੱਡੀਆਂ ਕੋਈ ਸੇਵਾਵਾਂ ਕੀਤੀਆਂ ਹੋਣ ਜਾਂ ਕੋਈ ਮਹਾਨ ਸ਼ਹੀਦ ਹੋਣ, ਸੋ ਉਹਨਾਂ ਦੀਆਂ ਸਾਰੀਆਂ ਜਿਹੜੀ ਹੈ ਇੱਥੇ ਤਸਵੀਰਾਂ ਲਾਈਆਂ ਜਾਂਦੀਆਂ ਨੇ। ਪ੍ਰਧਾਨ ਸਾਹਿਬ, ਇੱਕ ਕਰਤਾਰਪੁਰ ਕੋਰੀਡੋਰ ਨੂੰ ਕੱਲ੍ਹ ਤੋਂ ਬੰਦ ਕਰਨ ਦੇ ਆਦੇਸ਼ ਜਿਹੜੇ ਹੈ ਕੇਂਦਰ ਸਰਕਾਰ ਨੇ ਜਾਰੀ ਕਰਦੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕੋਰੋਨਾ ਵਾਇਰਸ ਦਾ ਜਿਹੜਾ ਸਾਰੇ ਵਿਸ਼ਵ ਪੱਧਰ ਦੇ ਵਿੱਚ ਇੱਕ ਇਸ ਦੀ ਬਿਮਾਰੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਲਈ ਸਾਰੀਆਂ ਸਰਕਾਰਾਂ ਵੱਖ ਵੱਖ ਦੇਸ਼ਾਂ ਦੀਆਂ ਸਾਡੇ ਸੂਬਿਆਂ ਦੀਆਂ ਸਰਕਾਰਾਂ ਵੀ ਬੜੀਆਂ ਚਿੰਤਤ ਨੇ, ਔਰ ਉਹਨਾਂ ਨੇ ਫੈਸਲਾ ਵੀ ਕੀਤਾ। ਮੈਂ ਸਮਝਦਾ ਜਿੱਥੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਮਸਲਾ ਹੈ, ਕਿਉਂਕਿ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ, ਸਿੱਖ ਪੰਥ ਦੀਆਂ ਆਸ਼ਾਵਾਂ ਦੇ ਨਾਲ ਜੁੜਿਆ ਹੈ। ਬਹੁਤ ਸਾਰੇ ਸ਼ਰਧਾਲੂ ਜਿਹੜੇ ਵੀ ਉੱਥੇ ਜਾਣਾ ਚਾਹੁੰਦੇ ਹੋਣਗੇ, ਮੈਂ ਸਮਝਦਾ ਉਹਨਾਂ ਨੂੰ ਸਾਰਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਲੇਕਿਨ ਤੁਹਾਨੂੰ ਇਹ ਵੀ ਮੈਂ ਕਹਾਂਗਾ ਕਿ ਅੱਜ ਜਿਸ ਤਰ੍ਹਾਂ ਦੀ ਇਹ ਸਾਰੀ ਮਨੁੱਖਤਾ ਦੇ ਇੱਕ ਮਹਾਂਮਾਰੀ ਆਈ ਹੈ, ਉਹਦੇ ਲਈ ਸਾਨੂੰ ਸਾਰਿਆਂ ਨੂੰ ਸਾਵਧਾਨ ਵੀ ਹੋਣਾ ਚਾਹੀਦਾ, ਔਰ ਅਸੀਂ ਗੁਰੂ ਦੇ ਅੱਗੇ ਜਾ ਕੇ ਅਰਦਾਸ ਕਰਦੇ ਹਾਂ, ਸਮੁੱਚੀ ਮਨੁੱਖਤਾ ਲਈ ਅਰਦਾਸ ਕਰਦੇ ਹਾਂ ਕਿ ਸਮੁੱਚੀ ਮਨੁੱਖਤਾ ਜਿਹੜੀ ਹੈ ਦੇ ਵਿੱਚ ਸੁੱਖ ਸ਼ਾਂਤੀ ਹੀ ਰਹੇ। ਕਰਤਾਰਪੁਰ ਕੋਰੀਡੋਰ ਨੂੰ ਹੋਰ ਬੜੇ ਤੀਰਥ ਸਥਾਨ ਨੇ ਜਿਹੜੇ ਹਿੰਦੁਸਤਾਨ 'ਚ ਨੇ, ਉਹਨਾਂ ਵਾਸਤੇ ਕਿਉਂ ਨਹੀਂ ਕੀਤਾ ਗਿਆ? ਸੋ ਮੈਂ ਤਾਂ ਉਹੀ ਗੱਲ ਕਰ ਰਿਹਾ ਕਿ ਉੱਥੇ ਨਹੀਂ ਹੋਣਾ ਚਾਹੀਦਾ, ਜਿਹੜੇ ਵੀ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ। ਤੁਹਾਡੀ ਸ਼੍ਰੋਮਣੀ ਕਮੇਟੀ ਇੱਥੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਹੋਰ ਗੁਰਦੁਆਰਾ 'ਚ ਬਹੁਤ ਸ਼ਰਧਾਲੂ ਆ ਰਹੇ ਆ, ਪ੍ਰੀਕਾਸ਼ਨ ਵਜੋਂ ਇਤਿਹਾਤ ਵਜੋਂ ਸ਼੍ਰੋਮਣੀ ਕਮੇਟੀ ਕੀ ਉਦਮ ਕਰ ਰਹੀ ਹੈ ਕੋਰੋਨਾ ਵਾਇਰਸ? ਦੇਖੋ, ਅੱਜ ਅਸੀਂ ਸਾਰਾ ਮੈਂ ਮੈਨੇਜਰ ਸਾਹਿਬ ਨੂੰ ਸਾਰੇ ਸੈਕਟਰੀ ਸਾਹਿਬ ਨੂੰ ਹਦਾਇਤਾਂ ਕੀਤੀਆਂ ਨੇ ਕਿ ਪੂਰੀ ਸਾਵਧਾਨੀ ਵਰਤਣ, ਜੋ ਵੀ ਇੱਥੇ ਚਾਹੀਦੀਆਂ ਨੇ ਸੇਵਾਵਾਂ ਜਿਹੜੀਆਂ ਨੇ ਪੂਰੀ ਸਾਵਧਾਨੀ ਨਾਲ ਹੋਣ। ਬਾਹਰ ਅਸੀਂ ਇਹ ਵੀ ਕਰ ਰਹੇ ਹਾਂ ਕਿ ਮੈਡੀਕਲ ਸੇਵਾਵਾਂ ਦਾ ਵੀ ਅੱਗੇ ਹੋਣ ਇੱਥੇ, ਤਾਂ ਕਿ ਜੇ ਲੋੜ ਪਵੇ ਤਾਂ ਉਹ ਤੁਰੰਤ ਕਿਸੇ ਵੀ ਕੋਈ ਐਸੀ ਗੱਲ ਆਵੇ ਤਾਂ ਉਹਨੂੰ ਦਿੱਤੀ ਜਾਣ। ਪ੍ਰਧਾਨ ਜੀ, ਇੱਕ ਪਲਾਜ਼ਾ ਵੀ ਬੰਦ ਕਰਨ ਦੇ ਆਦੇਸ਼ ਜਿਹੜੇ ਸਰਕਾਰ ਵੱਲੋਂ ਜਾਰੀ ਕੀਤੇ ਗਏ, ਆਪਣਾ ਅੱਜ ਤੋਂ ਬੰਦ ਹੈ ਪਲਾਜ਼ਾ ਜਿਹੜਾ ਆਪਣੇ ਹਰਿਮੰਦਰ ਸਾਹਿਬ ਵਿਖੇ ਪਲਾਜ਼ਾ ਦੇ, ਉਹਦੇ ਬਾਰੇ ਕੀ ਬੋਲਦੇ? ਦੇਖੋ, ਇਹ ਉਹ ਸਰਕਾਰ ਦੇ ਫੈਸਲੇ ਨੇ, ਪਲਾਜ਼ਾ ਜਿਹੜਾ ਸਰਕਾਰ ਦੇ ਅੰਡਰ ਆਉਂਦਾ, ਉਹਨਾਂ ਨੇ ਇਹ ਫੈਸਲਾ ਕੀਤਾ। ਲੇਕਿਨ ਸਿੱਖ ਸ਼ਰਧਾਲੂ ਜਿਹੜੇ ਨੇ ਆਮ ਤੌਰ 'ਤੇ ਸਾਰੇ ਆ ਰਹੇ ਨੇ ਔਰ ਗੁਰੂ ਅੱਗੇ ਅਰਦਾਸ ਵੀ ਕਰ ਰਹੇ ਨੇ ਸੁੱਖ ਸ਼ਾਂਤੀ ਲਈ, ਸੋ ਅਸੀਂ ਮਨੁੱਖਤਾ ਦੀ ਸੁੱਖ ਸ਼ਾਂਤੀ ਲਈ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਾ ਮਨੁੱਖਤਾ ਜਿਹੜੀ ਹੈ ਉਹ ਸੁੱਖ ਸ਼ਾਂਤੀ ਰਹੇ ਔਰ ਚੜ੍ਹਦੀ ਕਲਾ ਚੱਲ ਰਹੀ ਹੈ। ਕੋਰੋਨਾ ਕਰਕੇ ਆਪਣੇ ਇੱਥੇ ਹਰਿਮੰਦਰ ਸਾਹਿਬ ਵਿਖੇ ਜਾਂ SGPC ਵੱਲੋਂ ਕੋਈ ਵਿਸ਼ੇਸ਼ ਉਪਰਾਲੇ ਜਿਹੜੇ ਕੀਤੇ ਜਾਣਗੇ, ਜਿਹੜਾ ਕੋਈ ਦੱਸਣਾ ਚਾਹੋ, ਕੋਈ ਮੀਡੀਆ ਨਾਲ ਸਾਂਝਾ ਕਰਨਾ ਚਾਹੋ, ਕੋਈ ਜਾਗਰੂਕਤਾ? ਦੇਖੋ, ਅਸੀਂ ਵਿਸ਼ੇਸ਼ ਤੌਰ 'ਤੇ ਅੱਜ ਹੀ ਮੈਂ ਸਾਰੀ ਸੈਕਟਰੀ ਸਾਹਿਬ ਇੱਥੋਂ ਮੈਨੇਜਰ ਸਾਹਿਬ ਨੂੰ ਗੱਲ ਕਰੀ ਹੈ ਵੀ ਪੂਰੀ ਸਾਵਧਾਨੀ ਵਰਤੀ ਜਾਵੇ, ਜਿੱਥੇ ਸਾਫ਼ ਸਫਾਈ ਸਾਰੀ ਹਰ ਤਰ੍ਹਾਂ ਦੀ ਰੱਖੀ ਜਾਵੇ, ਉੱਥੇ ਅਸੀਂ ਮੈਡੀਕਲ ਦਾ ਵੀ ਅਸੀਂ ਕਰ ਰਹੇ ਹਾਂ ਕਿ ਇੱਥੇ ਕੋਈ ਟੀਮ ਭੇਜੀ ਜਾਵੇ ਤਾਂ ਕਿ ਜੇ ਕਿਤੇ ਲੋੜ ਪਵੇ ਤੁਰੰਤ ਉਹਨੂੰ ਮੈਡੀਕਲ ਦਿੱਤੀ ਜਾਵੇ। ਸੈਨੇਟਾਈਜ਼ਰਸ ਵਗੈਰਾ ਵਰਤੇ ਜਾ ਸਕਦੇ ਜੀ ਮੇਨ ਡੋਰਾਂ 'ਤੇ ਤਾਂ ਵੀ, ਕਿਉਂਕਿ ਕੋਰੋਨਾ ਵਾਇਰਸ ਸੈਨੇਟਾਈਜ਼ਰ ਦਾ ਵੀ? ਉਹ ਅਸੀਂ ਸਾਰੇ ਬੈਠ ਕੇ ਸਾਰੇ ਅਸੀਂ ਮੀਟਿੰਗ ਕਰਦੇ ਹਾਂ, ਜੋ ਵੀ ਇਹਦੇ ਲਈ ਕਰ ਸਕਦੇ ਜ਼ਰੂਰ ਕਰਾਂਗੇ। ਹਾਂਜੀ, ਵਿਦਿਅਕ ਸਾਰੇ ਦੇ ਵਿੱਚ ਇੱਕ ਸੇਂਟ ਜੋਸਫ ਸਕੂਲ ਹੈ, ਉਹਦੇ ਵਿੱਚ ਸਿੱਖ ਵਿਦਿਆਰਥੀਆਂ ਤੋਂ ਕੜੇ ਲਹਾਏ ਗਏ ਨੇ, ਮੈਂ ਉਹਦੀ ਬਹੁਤ ਘੋਰ ਨਿੰਦਿਆ ਕਰਦਾ ਕਿ ਇਹ ਸਾਡਾ ਇੱਕ ਪੰਜ ਕਕਾਰਾਂ ਦੇ ਵਿੱਚੋਂ ਕੜਾ ਜਿਹੜਾ ਇੱਕ ਕਕਾਰ ਹੈ, ਤੋ ਇਹ SSC ਦੀ ਪ੍ਰੀਖਿਆ, ਬੋਰਡ ਦੀ ਪ੍ਰੀਖਿਆ ਹੋ ਰਹੀ ਸੀ, ਉਹਦੇ ਵਿੱਚ ਕੜੇ ਲਹਾਏ ਗਏ ਨੇ,
तो मैं इस गल तो बहुत मंदभागी दसदा और जिहड़ा भी इहदे लई जिम्मेवार होगा ਉਹਦੇ ਲਈ ਸਰਕਾਰ ਨੂੰ ਵੀ ਕਹਾਂਗਾ ਕਿ ਕਰੜੀ ਤੋਂ ਕਰੜੀ ਉਹਨੂੰ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਤੋਂ ਇਸ ਪੰਜਾਬ ਸਰਕਾਰ ਨੂੰ ਕਹਾਂਗੇ ਉਹ ਤੁਰੰਤ ਕਾਰਵਾਈ ਕਰੇ ਚੰਡੀਗੜ੍ਹ 'ਚ ਪੈਂਦਾ ਗਵਰਨਰ ਦੇ ਅਧੀਨ ਚੰਡੀਗੜ੍ਹ ਦੇ ਉੱਥੇ ਉਹ ਪੰਜਾਬ ਐਸ ਐਸ ਬੋਰਡ ਦਾ ਮੈਂਬਰ ਹੈ ਜੇ ਚੰਡੀਗੜ੍ਹ ਦੇ ਅੰਡਰ ਕਿਸੇ ਵੀ ਅੰਦਰ ਆਉਂਦਾ ਮੈਂ ਉਹ ਸਰਕਾਰ ਨੂੰ ਕਹਾਂਗਾ ਉੱਥੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੱਸ ਦਈਏ ਕਿ ਬੀਤੀ ਦਿਨੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੋਰੀਡੋਰ ਤੇ ਦਰਬਾਰ ਸਾਹਿਬ ਦੇ ਬਾਹਰ ਬਣੇ ਦੱਸ ਦਈਏ ਕਿ ਬੀਤੀ ਦਿਨੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੋਰੀਡੋਰ ਤੇ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿੱਚ ਚੱਲਣ ਵਾਲੇ ਇਤਿਹਾਸਿਕ ਸ਼ੋਅ ਨੂੰ ਵੀ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਪੋਕਸਮੈਨ ਟੀਵੀ